ਜੇ ਤਾਂ ਆਪਦੇ ਘਰੇ ਕੁਛ ਚੱਲੀ ਜਾਂਦਾ ਜੀ ਤੁਹਾਡੇ ਤਰਫ ਰਵਨੀ ਸਿੰਘ ਮਿੱਟੂ ਹਣੀ ਵੀ ਤਾਂ ਕਾਂਗਰਸ ਚ ਜੰਮੇ ਦਾਦਾ ਮੁੱਖ ਮੰਤਰੀ ਰਹਾ ਹੋਵੇ ਉਹ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਕਰੇ ਜੇ ਉਹ ਛੱਡ ਕੇ ਗਿਆ ਤਾਂ ਲੋਕ ਦੱਸਦੇ ਨੇ ਕਿ ਹੁਣ 2024 ਦੇ ਵਿੱਚ ਉਹ ਵੇਖੋ ਆਪ ਦਾ ਸੁਧਾਰ ਦੇ ਨੇ ਪਾਰਟੀਆਂ ਦਾ ਨਹੀਂ ਸੁਧਾਰ ਬੰਦੇ ਨੂੰ ਖੜਾ ਰਹਿਣਾ ਚਾਹੀਦਾ ਘਰ ਦੇ ਵਿੱਚ ਸੌ ਨਰਾਜ਼ਗੀਆਂ ਆਉਂਦੀਆਂ ਸਭ ਕੁਝ ਹੁੰਦਾ ਹੈ ਜਦੋਂ ਤੱਕ ਬੰਦਾ ਖੜਾ ਨਹੀਂ ਰਹਿੰਦਾ ਬੰਦਾ ਆਪਦੇ ਵਚਨਾਂ ਤੇ ਨਹੀਂ ਰੁਕਦਾ ਮੈਂ ਸਮਝਦਾ ਉਹ ਇਨਸਾਨ ਹੀ ਨਹੀਂ ਮਗਰ ਗੱਲ ਇਹ ਹੈ ਕਿ ਸੌਣ ਭਾਦੋ ਚ ਨਹੀਂ ਜਾਣਾ ਚਾਹੀਦਾ ਸੌਣ ਭਾਦੋ ਦੇ ਵਿੱਚ ਡੱਡੂ ਆਉਂਦੇ ਚਲੇ ਜਾਂਦੇ ਨੇ ਇਸ ਕਰਕੇ ਸਿਆਸਤਦਾਨ ਉਹੀ ਹੁੰਦਾ ਜਿਹੜਾ ਆਪਦੇ ਪੈਰਾਂ 'ਤੇ ਖੜਾ ਹੋਵੇ ਲੋਕ ਸਭਾ ਚੋਣਾ ਨੇੜੇ ਆਉਂਦਿਆਂ ਹੀ ਦਲ ਬਦਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਹਰ ਰੋਜ਼ ਨਵੀਆਂ-ਨਵੀਆਂ ਖਬਰਾਂ ਤੇ ਨਵੇਂ-ਨਵੇਂ ਚਿਹਰੇ ਨਵੀਆਂ-ਨਵੀਆਂ ਚਰਚਾਵਾਂ ਹਲੇ ਸਮਾ ਪਿਆ ਜਿੰਨੀ ਦੇਰ ਤੱਕ ਸਾਰੇ ਉਮੀਦਵਾਰ ਫਾਈਨਲ ਨਹੀਂ ਹੁੰਦੇ ਜਿੰਨੀ ਦੇਰ ਤੱਕ ਚੋਣ ਮੈਦਾਨ ਦੀ ਤਸਵੀਰ ਸਾਫ਼ ਨਹੀਂ ਹੁੰਦੀ ਉਨੀ ਦੇਰ ਤੱਕ ਲੱਗਦਾ ਹੈ ਕਿ ਇਹੀ ਖਬਰਾਂ ਛਾਈਆਂ ਰਹਿਣਗੀਆਂ ਕਿ ਅੱਜ ਸੱਜੇ ਵਾਲਿਆਂ ਦਾ ਖੱਬੇ ਤੇ ਖੱਬੇ ਵਾਲਿਆਂ ਦਾ ਸੱਜੇ ਪਹੁੰਚ ਗਿਆ। ਤਾਜ਼ਾ ਮਾਮਲਾ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦਾ ਸਾਹਮਣੇ ਆਇਆ। ਸਾਡੇ ਨਾਲ ਪਰਮਿੰਦਰ ਸਿੰਘ ਪਿੰਕੀ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਪਿੰਕੀ ਜੀ ਕਿਵੇਂ ਦੇਖਦੇ ਹੋ? ਚੋਣਾਂ ਵੱਲ ਹਲੇ ਚੋਣਾਂ ਦੀਆਂ ਖਬਰਾਂ ਚ ਮਿਲਦਾ ਕਿ ਕਿਹਨੂੰ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਨੂੰ ਛੱਡ ਕੇ ਲੋਕ ਇਸ ਪਾਸੇ ਚਟਕਾਰੇ ਲੈ ਰਹੇ ਕਿ ਅੱਜ ਕਿਹੜਾ ਛੱਡ ਕੇ ਕਿੱਧਰ ਚਲਾ ਗਿਆ। ਦੇਖੋ ਗੱਲ ਇਹ ਹੈ ਕਿ ਜਿੰਨੇ ਵੀ ਲੋਕ ਨੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਰਾਜਨੀਤੀ ਦੇ ਵਿੱਚ ਸੇਵਾ ਕਰਦੇ ਆਂ ਸੇਵਾਦਾਰੀ ਕਰਦੇ ਆਂ ਅੱਜ ਉਹ ਸੇਵਾਦਾਰੀ ਨਹੀਂ ਰਹੀ ਅੱਜ ਵਪਾਰੀ ਬਣ ਗਏ ਨੇ ਇੱਕ ਮਾਂ ਹੁੰਦੀ ਜੀ ਤੂੰ ਜਨਮ ਲੈਣੇ ਆਂ ਦੂਜੀ ਮਾਂ ਹੁੰਦੀ ਸਾਡੀ ਪਾਰਟੀ ਜਿਹੜੀ ਪਾਰਟੀ ਦੇ ਵਿੱਚ ਅਸੀਂ ਰਹਿ ਕੇ ਸੁੱਖ ਸਹੂਲਤਾਂ ਲੈਣੇ ਆਂ ਸਾਰਾ ਕੁਝ ਉੱਠਦੇ ਬੈਠਦੇ ਆਂ ਸਭ ਕੁਝ ਕਰਦੇ ਆਂ ਅੱਜ ਉਹ ਲੋਕ ਜਿਹੜੇ ਨੇ ਨਾ ਸੌਣ ਦੇ ਡੱਡੂਆਂ ਵਾਂਗੂ ਛੱਡ ਕੇ ਭੱਜੇ ਜਾਂਦੇ ਨੇ ਇਹਦੇ ਨਾਲ ਗੱਲ ਇਹ ਹੈ ਕਿ ਲੋਕ ਜਿਹੜੇ ਨੇ ਨਾ ਇਤਵਾਰ ਕਰਨਾ ਛੱਡ ਜਾਣਗੇ ਲੋਕ ਸਮਝਦੇ ਨੇ ਕਿ ਇਹ ਆਉਂਦੇ ਤੇ ਚਲੇ ਜਾਂਦੇ ਨੇ ਇਸ ਤੋਂ ਪਹਿਲਾਂ ਇੱਕ ਮਾਮਲਾ ਆਇਆ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਤੇ ਫਤੇਹ ਸਿੰਘ ਬਾਜਵਾ ਦੇ ਘਰ ਤੇ ਦੋ ਵੱਖਰੇ-ਵੱਖਰੇ ਝੰਡੇ ਨਜ਼ਰ ਆਏ ਸੀ ਉਹ ਅੱਜ ਵੀ ਹੋਵੇਂ ਹੀ ਵੱਖੋ-ਵੱਖਰੇ ਨੇ ਇੱਕ ਭਰਾ ਬੀਜੇਪੀ ਇੱਕ ਭਰਾ ਕਾਂਗਰਸੀ ਤਾਂ ਇਹਨੂੰ ਲੈ ਕੇ ਲਗਾਤਾਰ ਐਸੀਆਂ ਚਰਚਾਵਾਂ ਵੀ ਚੱਲੀਆਂ ਕਿ ਇੱਕ ਭਰਾ ਤੇ ਦੂਜੇ ਭਰਾ ਨੂੰ ਕਨਵਿੰਸ ਨਹੀਂ ਕਰ ਪਾਇਆ ਤੇ ਕਰਨਾ ਪੂਰੇ ਪੰਜਾਬ ਨੂੰ ਕਨਵਿੰਸ ਆ ਤਾਜ਼ਾ ਮਾਮਲਾ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦਾ ਨੌ ਪੁੱਤ ਬੀਜੇਪੀ ਚਲੇ ਗਏ ਮਲੂਕਾ ਸਾਹਿਬ ਕਹਿੰਦੇ ਹਲੇ ਅਕਾਲੀ ਦੇ ਦੇਖੋ ਗੱਲ ਇਹ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਆਜ਼ਾਦ ਲੋਕ ਨੇ ਇਸ ਕਰਕੇ ਗੱਲ ਬਾਤ ਜਿਹੜੀ ਹੁੰਦੀ ਹੈ ਘਰੇ ਸਲਾਹ ਕਰਕੇ ਹੀ ਸਾਰੇ ਜਾਂਦੇ ਨੇ ਇਹ ਨਹੀਂ ਕਿ ਐਵੇਂ ਚਲੇ ਜਾਂਦੇ ਨੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਵਰਕਰਾਂ ਦਾ ਮਨੋਬਲ ਬਹੁਤ ਡਿੱਗ ਪੈਂਦਾ ਵਰਕਰ ਜਿਹੜਾ ਵਿਚਾਰਾ ਤੁਹਾਡੇ ਹੱਥੇ ਜਾਨ ਦਿੰਦਾ ਲੜਾਈਆਂ ਲੜਦਾ ਹੈ ਸੱਥਾਂ ਦੇ ਵਿੱਚ ਗਲੀਆਂ ਦੇ ਵਿੱਚ ਲੜਾਈ ਲੜਦਾ ਹੈ ਅਸੀਂ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਰੱਬ ਦਾ ਦਿਲ ਤੋੜ ਕੇ ਜਾਂਦੇ ਆ ਮਲੂਕਾ ਸਾਹਿਬ ਦੀ ਹਸਤੀ ਨੂੰ ਕਿਵੇਂ ਦੇਖਦੇ ਹੋ ਕੀ ਸਮਝਦੇ ਹੋ ਕਿ ਵਾਕਈ ਉਹ ਕਾਲੀ ਦਾਦਾ ਦਾ ਝੰਡਾ ਚੱਕ ਕੇ ਮੈਦਾਨ 'ਚ ਰਹਿਣਗੇ ਇਹ ਤਾਂ ਮਲੂਕਾ ਸਾਹਿਬ ਦੱਸ ਸਕਦੇ ਆ ਮਗਰ ਗੱਲ ਇਹ ਹੈ ਕਿ ਸੌਣ ਭਾਦੋ ਚ ਨਹੀਂ ਜਾਣਾ ਚਾਹੀਦਾ ਸੌਣ ਭਾਦੋ ਦੇ ਵਿੱਚ ਤੇ ਡੱਡੂ ਆਉਂਦੇ ਚਲੇ ਜਾਂਦੇ ਨੇ ਇਸ ਕਰਕੇ ਸਿਆਸਤਦਾਨ ਉਹੀ ਹੁੰਦਾ ਜਿਹੜਾ ਆਪਦੇ ਪੈਰਾਂ ਤੇ ਖੜਾ ਹੋ ਜਾਏ ਪਰ ਸਥਿਤੀ ਨੂੰ ਕਿਵੇਂ ਦੇਖੀਏ ਲੋਕ ਕੀ ਸੋਚਣ ਕਿ ਨੌਪੁੱਤ ਵੱਖਰੇ ਚੋਣ ਮੈਦਾਨ ਚ ਹੈ ਤੇ ਕੀ ਇਹ ਸੰਭਵ ਹੈ ਕਿ ਬਾਪੂ ਆਪਣੀ ਨੌ ਦੇ ਖਿਲਾਫ ਪਾਰਟੀ ਉਮੀਦਵਾਰ ਦੇ ਹੱਕ ਚ ਪ੍ਰਚਾਰ ਕਰ ਸਕੇਗਾ ਖੁੱਲ ਕੇ ਦੇਖੋ ਇਹ ਜਾਂ ਤਾਂ ਅਕਾਲੀ ਦਲ ਉਹਨਾਂ ਦੀ ਪਾਰਟੀ ਦੱਸ ਪਾਉਗੀ ਜਾਂ ਮਲੂਖਾ ਸਾਹਿਬ ਦੱਸ ਪਾਣਗੇ ਜਾਂ ਉਹਨਾਂ ਦੀ ਨੌ ਦੱਸ ਪਾਉਗੀ ਗੱਲ ਹੈ ਕਿ ਘਰੇ ਸਲਾਹ ਕਰਨ ਤੋਂ ਬਿਨਾ ਨਹੀਂ ਕੋਈ ਬੰਦਾ ਜਾਂਦਾ ਮੈਂ ਸਮਝਦਾ ਕਿ ਜਿਹੜਾ ਆਪਦੀ ਮਾਂ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਲੋਕ ਉਹਨਾਂ ਤੇ ਇਤਬਾਰ ਨਹੀਂ ਕਰਦੇ ਹੁਣ ਜਿਹੜੇ ਸਿਆਸੀ ਬੰਦੇ ਨੇ ਉਹ ਸੇਵਾ ਨਹੀਂ ਕਰਦੇ ਵਪਾਰੀ ਬਣ ਗਏ ਨੇ ਉਹ ਵਪਾਰ ਕਰਦੇ ਨੇ ਵਪਾਰ ਤੋਂ ਸਾਨੂੰ ਡਰਨਾ ਚਾਹੀਦਾ ਵਪਾਰ ਤੋਂ ਸਾਨੂੰ ਵਾਂਝੇ ਰਹਿਣਾ ਚਾਹੀਦਾ ਤੁਹਾਡੇ ਤਾਂ ਆਪਦੇ ਘਰੇ ਕੁਝ ਚੱਲੀ ਜਾਂਦਾ ਜੀ ਤੁਹਾਡੇ ਤਾਂ ਰਵਨੀਤ ਸਿੰਘ ਬਿੱਟੂ ਹਣੀ ਵੀ ਤਾਂ ਕਾਂਗਰਸ ਚ ਜੰਮੇ ਦਾਦਾ ਮੁੱਖ ਮੰਤਰੀ ਰਿਹਾ ਹੋਵੇ ਉਹ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਕਰ ਗਏ ਦੇਖੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਉਹਦੀ ਆਪਦੀ ਮਨਸ਼ਾ ਹੈ ਜ਼ਿੰਮੇਵਾਰ ਆਦਮੀ ਹੈ ਜੇ ਉਹ ਛੱਡ ਕੇ ਗਿਆ ਤਾਂ ਲੋਕ ਦੱਸ ਦੇਣਗੇ ਹੁਣ 2024 ਦੇ ਵਿੱਚ 4 ਤਰੀਕ ਨੂੰ ਪਤਾ ਲੱਗ ਜਾਏਗਾ ਕੀ ਹੁੰਦਾ ਔਰ ਕੀ ਬੀਤੀ ਕੀ ਬੀਤਦੀ ਹੈ ਤੁਹਾਡੇ ਨਾਲ ਇਸ ਕਰਕੇ ਲੋਕਾਂ ਲੋਕ ਜਿਹੜੇ ਆ ਸਭ ਸਮਝਦੇ ਬੋਲਦੇ ਨਹੀਂ ਆ ਜਦੋਂ 4 ਤਰੀਕ ਨੂੰ ਰਿਜ਼ਲਟ ਆਣਗੇ ਬਟਨ ਦਬਿਆ ਜਾਊਗਾ ਤੇ ਫਿਰ ਤੁਹਾਡੇ ਸਾਹਮਣੇ ਆਜੂਗਾ ਫਿਰ ਤੁਸੀਂ ਬੋਲੋਗੇ ਵੀ ਹਾਂ ਲੋਕਾਂ ਨੇ ਕੀ ਕਿਹਾ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਆ ਤਾ ਉਮੀਦਵਾਰ ਐਲਾਨਿਆ ਸੀ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਤੁਹਾਡਾ ਹੀ ਸੀ ਉਹ ਲੈ ਕੇ ਗਏ ਸੀ ਜਿਤਾਇਆ ਐਮਪੀ ਬਣਾਇਆ ਹਰੇਵੇਂ ਨੂੰ ਤੇ ਉਹ ਵੀ ਟਿਕਟ ਛੱਡ ਕੇ ਚਲੇ ਗਏ ਆ ਤੁਹਾਡੇ ਨਾਲ ਵੀ ਪਹਿਲਾਂ ਫਰੋਜਪੁਰ ਚ ਜਿਹੜਾ ਹੈਗਾ ਆਪ ਵਾਲਾ ਉਮੀਦਵਾਰ ਇੱਕ ਇੱਦੇ ਹੀ ਜੰਪ ਕਰ ਗਿਆ ਸੀ ਉਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਛੱਡ ਕੇ ਉਧਰ ਚਲਾ ਗਿਆ ਭਾਜਪੀ ਦੇ ਵਿੱਚ ਟਿਕਟ ਛੱਡ ਕੇ ਵੀ ਦੇਖੋ ਗੱਲ ਇਹ ਹੈ ਬੰਦੇ ਨੂੰ ਮੈਂ ਫਿਰ ਕਹਿੰਨਾ ਬਾਰ-ਬਾਰ ਕਹਿੰਨਾ ਉਹਦੇ ਪੈਰਾਂ ਤੇ ਖੜਨਾ ਚਾਹੀਦਾ ਹੈ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੇ ਡਰਦੇ ਹੁੰਦੇ ਤਾਂ ਦੇਸ਼ ਆਜ਼ਾਦ ਨਹੀਂ ਹੁੰਦਾ ਸੀਗਾ ਇਹ ਤਾਂ ਸਿਰਫ ਕੁਰਸੀਆਂ ਦੇ ਮਾਰੇ ਜਾਂਦੇ ਨੇ ਯਾਰ ਅੱਜ ਕੱਲ ਜਿਹੜੀ ਸਿਆਸਤ ਹੈ ਕੁਰਸੀਆਂ ਦੀ ਰਹਿ ਗਈ ਹੈ ਕੋਈ ਦੇਸ਼ ਦੀ ਸੇਵਾ ਨਹੀਂ ਕਰਦਾ ਇਸ ਤੋਂ ਥੋੜਾ ਜਿਹਾ ਸਾਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਕੀ ਕਰਦੇ ਨੇ ਕਿ ਲੀਡਰਾਂ ਦੀ ਨਜ਼ਰ ਵੈਸੇ ਕੀ ਆਮ ਬੰਦੇ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਲੀਡਰ ਜਦੋਂ 파ਰਟੀ ਬਦਲਦੇ ਹਨ ਤਾਂ ਉਹ ਕਹਿੰਦੇ ਆ ਕਿ ਜੀ ਮੈਂ ਇਸ 파ਰਟੀ ਦੇ ਵਿੱਚ ਇੱਕ ਐਸਾ ਸਿਸਟਮ ਦੇਖਿਆ ਕਿ ਹੁਣ ਪੰਜਾਬ ਦਾ ਭਵਿੱਖ ਸੁਧਾਰਨਾ ਹੈ ਪੰਜਾਬ ਸੁਧਾਰਨਾ ਹੈ ਉਹ ਜਦੋਂ ਪਹਿਲਾਂ ਦੂਜੀ 파ਰਟੀ ਚ ਹੁੰਦਾ ਉਦੋਂ ਉਹਨੂੰ ਉਹ ਤਸਵੀਰ ਨਜ਼ਰ ਨਹੀਂ ਆਉਂਦੀ ਇਹ ਕਿਹੜਾ ਕੋਈ ਐਣਕਾ ਦਾ ਫਰਕ ਹੈ ਜਾਂ ਕੋਈ ਨਜ਼ਰ ਦਾ ਫਰਕ ਹੈ ਇਹਨਾਂ ਖਾਸ ਕਰਕੇ ਲੀਡਰਾਂ ਦੀ ਦਾ ਬਿਨਾ 파ਰਟੀ ਤੋਂ ਬੰਦਾ ਕੁਝ ਨਹੀਂ ਹੁੰਦਾ ਕੋ ਵੇਖੋ ਆਪ ਦਾ ਸੁਧਾਰਦੇ ਨੇ 파ਰਟੀਆਂ ਦਾ ਨਹੀਂ ਸੁਧਾਰਦੇ ਬੰਦੇ ਨੂੰ ਖੜਾ ਰਹਿਣਾ ਚਾਹੀਦਾ ਘਰ ਦੇ ਵਿੱਚ 100 ਨਰਾਜ਼ਗੀਆਂ ਆਉਂਦੀਆਂ ਸਭ ਕੁਝ ਹੁੰਦਾ ਹੈ ਜਦੋਂ ਤੱਕ ਬੰਦਾ ਖੜਾ ਨਹੀਂ ਰਹਿੰਦਾ ਬੰਦਾ ਆਪਦੇ ਵਚਨਾਂ ਤੇ ਨਹੀਂ ਰੁਕਦਾ ਮੈਂ ਸਮਝਦਾ ਹਾਂ ਇਨਸਾਨ ਹੀ ਨਹੀਂ ਹੈ ਇਸ ਕਰਕੇ ਜਿਹੜਾ ਹੈ ਨਾ ਇਹ ਚੋਣਾਂ ਵਾਲੀ ਮੌਸਮ ਆਇਆ ਹੋਇਆ ਹੈ ਚੱਲੀ ਜਾਂਦੇ ਨੇ ਲੋਕ ਚੱਲੀ ਜਾਣਾ ਪਰ VOTER ਬੜਾ ਸਿਆਣਾ ਹੈ VOTER ਦਾ ਜਵਾਬ ਜਿਹੜਾ ਹੈਗਾ 4 ਤਰੀਕ ਨੂੰ ਦੇ ਕੇ ਤੁਹਾਨੂੰ ਪਤਾ ਲੱਗ ਜਾਏਗਾ ਦੇਗਾ ਜੀ ਪੂਰਾ ਅੱਜ ਤੁਹਾਡੇ ਵੀ ਹਲੇ ਟਿਕਟਾਂ ਦਾ ਐਲਾਨ ਨਹੀਂ ਹੋਇਆ ਮੀਟਿੰਗਾਂ ਮੂੜੀਆਂ ਦਾ ਦੌਰ ਜਾਰੀ ਹੈ ਅੱਜ ਵੀ ਮੀਟਿੰਗ ਚੱਲ ਰਹੀ ਹੈ ਕੀ ਲੱਗਦਾ ਕਿ ਕਿਉਂਕਿ ਜਦੋਂ ਪਹਿਲਾਂ ਜ਼ਿਕਰ ਕੀਤਾ ਛੱਡ ਕੇ ਵੀ ਚਲੇ ਜਾਂਦੇ ਆ ਟਿਕਟਾਂ ਅਨਾਉਂਸ ਹੋਣ ਤੋਂ ਬਾਅਦ ਇੱਕ ਭੁਚਾਲ ਵੀ ਬੜਾ ਆਉਂਦਾ ਕਿਉਂਕਿ ਦਾਵੇਦਾਰ ਬੜੇ ਹੁੰਦੇ ਨੇ ਤਾਂ ਕੀ ਕੁਝ ਚੱਲ ਰਿਹਾ ਕੋਈ ਤੱਕ ਲਿਸਟ ਆ ਸਕਦੀ ਹੈ ਔਰ ਉਸ ਤੋਂ ਬਾਅਦ ਦੀ ਸਥਿਤੀ ਦੇ ਨਾਲ ਨਿਜਠਣ ਲਈ ਪਾਰਟੀ ਤਿਆਰ ਦੇਖੋ ਗੱਲ ਇਹ ਹੈ ਕਿ ਟਿਕਟ ਉਹਨੂੰ ਦੇਣੀ ਚਾਹੀਦੀ ਜਿਹੜਾ ਜਿੱਤੂ ਹੋਵੇ ਜਿਹੜਾ ਜਿੱਤ ਨਹੀਂ ਸਕਦਾ ਉਹਨੂੰ ਟਿਕਟ ਨਹੀਂ ਦੇਣੀ ਚਾਹੀਦੀ ਸਾਨੂੰ ਥੱਲੋਂ ਗਰਾਊਂਡ ਲੈਵਲ ਤੋਂ ਬਲਾਕ ਲੈਵਲ ਦੇ ਪ੍ਰਧਾਨਾਂ ਤੋਂ ਯੂਥ ਕਾਂਗਰਸ ਤੋਂ ਸਾਡੀ ਜ਼ਿਲ੍ਹਾ ਕਾਂਗਰਸ ਤੋਂ ਸਾਰੀਆਂ ਰਿਪੋਰਟਸ ਲੈ ਕੇ ਉਸ ਤੋਂ ਬਾਅਦ ਉਹਦਾ ਨਿਰੀਖਣ ਕਰਨਾ ਚਾਹੀ ਫਿਰ ਮੈਂ ਸਮਝਦਾ ਆ ਕਿ ਜਿਹੜਾ ਉਮੀਦਵਾਰ ਆਉਂਦਾ ਹੈ ਉਹ ਬੜਾ ਅੱਛਾ ਉਮੀਦਵਾਰ ਆਉਂਦਾ ਹੈ ਲੋਕਾਂ ਦੇ ਜਿਹੜਾ ਲੋਕਾਂ ਦੇ ਮਨ ਦਾ ਉਮੀਦਵਾਰ ਆਉਂਦਾ ਉਹਦੇ ਨਾਲ ਹੀ ਜਿਹੜੀ ਪਾਰਟੀ ਅੱਗੀ ਜਾਂਦੀ ਹੈ ਉਹਦੇ ਨਾਲ ਹੀ ਜਿੱਤ ਹੁੰਦੀ ਹੈ ਟਿਕਟਾਂ ਦਾ ਦੇਣ ਲੱਗੀ ਮੈਨੂੰ ਤਾਂ ਦੱਸ ਰਹੀ ਸੋਚਣਾ ਪੈਣਾ ਚੀਫ ਜਿਹੜੇ ਤੁਹਾਡੇ ਵੈਪ ਸੀਗੇ ਵਿਕਰਮ ਚੌਧਰੀ ਉਹ ਵੀ ਅਸਤੀਫਾ ਦੇ ਗਏ ਟਿਕਟ ਮੰਗਦੇ ਸੀ ਕਹਿੰਦੇ ਦੇਖੋ ਗੱਲ ਇਹ ਹੈ ਕਿ ਹਰੇਕ ਨੂੰ ਹਰੇਕ ਟਿਕਟ ਨਹੀਂ ਮਿਲ ਸਕਦੀ ਹੁੰਦੀ ਇਹ ਤਾਂ ਹਾਈ ਕਮਾਂਡ ਡਿਸਾਈਡ ਕਰਨਾ ਹੈ ਕਿ ਕਿਹੜਾ ਬੰਦਾ ਕਿੱਥੇ ਫਿੱਟ ਨੇ ਸਾਰਿਆਂ ਜਿਹੜੀਆਂ ਹੈਗੀਆਂ ਰਿਪੋਰਟਸ ਜਾ ਰਹੀਆਂ ਨੇ ਉਹ ਰਿਪੋਰਟਸ ਦੇ ਨਾਲ-ਨਾਲ ਮੈਂ ਸਮਝਦਾ ਕਿ ਗਰਾਊਂਡ ਲੈਵਲ ਦੀ ਡਰਾਈਵਿੰਗ ਰੂਮ ਪੋਲਟਿਕਸ ਨਹੀਂ ਸਾਨੂੰ ਕਰਨੀ ਚਾਹੀਦੀ ਸਾਨੂੰ ਯੂਥ ਕਾਂਗਰਸ ਨੂੰ ਵੀ ਪੁੱਛਣਾ ਚਾਹੀਦਾ ਸਾਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਪੁੱਛਣਾ ਚਾਹੀਦਾ ਜਿਹੜੇ ਸਾਡੇ ਹੋਰ ਲੋਕ ਨੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਮਹਿਲਾ ਕਾਂਗਰਸ ਨੂੰ ਵੀ ਪੁੱਛਣਾ ਚਾਹੀਦਾ ਸੇਵਾ ਦਲ ਨੂੰ ਵੀ ਪੁੱਛਣਾ ਚਾਹੀਦਾ ਅੱਜ ਸਥਿਤੀ ਇਹੋ ਜੀ ਹੈ ਪੰਜਾਬ ਦੀ ਕਿ 13 'ਚ ਅਸੀਂ 11 ਜਿੱਤ ਸਕਦੇ ਹਾਂ 11 ਸੀਟਾਂ ਜਿੱਤ ਸਕਦੇ ਹਾਂ ਪਹਿਲਾਂ ਤਾਂ ਥਾਰੇ ਬੰਦੇ ਹੀ ਪਹੁੰਚਾ ਕੇ ਰੱਖਣੇ ਪੈਣੇ ਆ ਨਾ ਜੀ ਕਿੰਨੇ ਸੱਜੇ ਖੱਬੇ ਹੋਈ ਜਾਂਦੇ ਕਿ ਡਿਗ ਡਿਗ ਜਿਹੜੇ ਤੁਹਾਡੇ ਸੱਜੇ ਖੱਬੇ ਹੋਈ ਜਾਂਦੇ ਪਹਿਲਾਂ ਤਾਂ ਉਹ ਵੀ ਬਚਾ ਕੇ ਰੱਖਣੇ ਪੈਣੇ 13 ਚੋਂ 11 ਤਾਂ ਗੱਲ ਫਿਰ ਬਾਅਦ ਚ ਦੇਖੋ ਗੱਲ ਇਹ ਹੈ ਕਿ ਬੰਦੇ ਬਚਾਉਣ ਵਾਲੀ ਗੱਲ ਤਾਂ ਆਪਦੇ ਮਨ ਨੂੰ ਬਚਾ ਕੇ ਰੱਖਣਾ ਚਾਹੀਦਾ ਮੈਂ ਤੁਹਾਨੂੰ ਦੱਸਿਆ ਪਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਨੇ ਆਪਦਾ ਮਨ ਬਣਾ ਕੇ ਕਰਾਇਆ ਸੀ ਉਧਰ ਕਾਲੀ ਦਲ ਪੰਜਾਬ ਚੋਂ ਯਾਤਰਾ ਕਰ ਰਿਹਾ ਮੈਂ ਲਗਾ ਤੁਸੀਂ ਵੀ ਕੋਈ ਅੱਦਾ ਦਾ ਕੋਈ ਕੈਂਪੇਨ ਚਲਾਓ ਕਿ ਆਪਣੇ ਮੈਂਬਰ ਬਚਾਓ ਆਪਦੇ ਲੀਡਰ ਬਚਾਓ ਫਿਲਹਾਲ ਤਾਂ ਸਥਿਤੀ ਅਜਿਹੀ ਹੋਈ ਪਈ ਸਾਡੇ ਲੀਡਰ ਸਾਰੇ ਬ ਯਾਤਰਾ ਬੰਦਾ ਉਹੀ ਚਰੋਂਦਾ ਜਿਹੜਾ ਡਰਿਆ ਹੋਵੇ ਜਿਹਨੂੰ ਪਤਾ ਹੋਵੇ ਮੈਂ ਕੰਮ ਕੀਤਾ ਹੈ ਮੈਂ ਖੜਾ ਹੋਇਆ ਗਰਾਊਂਡ ਦੇ ਉੱਪਰ ਤੋਂ ਸਾਰਾ ਕੁਝ ਹੁੰਦਾ ਹੈ ਇਸ ਕਰਕੇ ਅੱਜ ਲੋਕ ਸਮਝਦੇ ਨੇ ਜਿਹੜਾ ਬਦਲਾਅ ਆਇਆ ਸੀਗਾ ਕਿ ਲੋਕ ਠੱਗੇ ਗਏ ਨੇ ਤੁਹਾਡੇ ਸਾਹਮਣੇ ਆ ਮੈਂ ਫਿਰ ਕਹਿੰਨਾ 13 ਚੋਂ 11 ਸੀਟਾਂ ਕਾਂਗਰਸ ਪਾਰਟੀ ਲੈ ਕੇ ਜਾਏਗੀ ਜੇ ਅਸੀਂ ਕੈਂਡੀਡੇਟ ਸਾਰੇ ਠੀਕ ਦੇ ਦਿੱਤੇ ਅੱਜ ਕਦੋਂ ਤੱਕ ਅਨਾਉਂਸ ਹੋ ਜਾਣਗੀਆਂ ਟਿਕਟਾਂ ਮੀਟਿੰਗ ਦਾ ਦੌਰ ਜਾਰੀ ਹੈ ਇਹ ਤਾਂ ਦੇਖੋ ਹਾਈ ਕਮਾਂਡ ਨੇ ਦੱਸਣਾ ਮੇਰੇ ਖਿਆਲ ਅਗਲੇ ਹਫਤੇ ਤੱਕ ਟਿਕਟਾਂ ਜਿਹੜੀਆਂ ਹੈਗੀਆਂ ਜਾਰੀ ਹੋ ਜਾਣਗੀਆਂ ਉਹਦੇ ਨਾਲ ਹੀ ਫਿਰ ਕੈਂਪੇਨ ਜਿਹੜੀ ਹੈ ਲੋਕ ਸਾਡਾ ਵਰਕਰ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਵੜਿਆ ਹੋਇਆ ਹੈ ਵਰਕਰ ਜਿਹੜਾ ਸਾਡਾ ਹੈਗਾ ਉਹ ਘਰ-ਘਰ 'ਚ ਪਹੁੰਚਿਆ ਹੋਇਆ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਤੁਸੀਂ ਮੈਨੂੰ ਇਹ ਸਵਾਲ ਪੁੱਛਦੇ ਹੋ ਤੁਸੀਂ ਵੀ ਤਾਂ ਟੀਵੀ ਵਾਲੇ ਹੋ ਜਰਨਲਿਸਟ ਹੋ ਪਤਾ ਕਰ ਲੋ ਅੱਜ ਦੀ ਅੱਜ ਦੀ ਸਥਿਤੀ ਕੀ ਹੈ ਪ੍ਰਮੋਦ ਸਿੰਘ ਪਿੰਕੀ ਵੀ ਇੰਟਰਸਟਡ ਹੈਗੇ ਆ ਫਰੋਜਪੁਰ 'ਚ ਕਿਉਂਕਿ ਹਰੇਕ ਨੂੰ ਹੁਣ ਤਾਂ ਜਿਹੜੇ ਜਿੱਤੇ ਹੋਏ ਐ ਐਮਐਲਏ ਉਹ ਵੀ ਟਰਾਈ ਕਰੀ ਜਾਂਦੇ ਆ ਤੇ ਕੀ ਤੁਹਾਡਾ ਵੀ ਇੰਟਰਸਟ ਹੈ ਕਿ ਫਰੋਜਪੁਰ ਵਾਲੇ ਪਾਸੇ ਵੇਖ ਲਈਏ ਟਰਾਈ ਕਰਕੇ ਦੇਖੋ ਗੱਲ ਇਹ ਹੈ ਕਿ ਮੈਂ ਉਹਨਾਂ ਬੰਦਿਆਂ 'ਚ ਉਹ ਨਹੀਂ ਜਿਹੜਾ ਸੌਣ ਭਾਤੂ ਦਾ ਡੱਡੂ ਹਵਾਂ ਮੈਂ ਉਹ ਆਦਮੀ ਐ ਮੈਂ ਕਾਂਗਰਸ ਦਾ ਵਰਕਰ ਐ ਮੈਨੂੰ ਜੇ ਹਿੰਦੁਸਤਾਨ ਚ ਕਿਤੋਂ ਵੀ ਕਹਿਣਗੇ ਕਸ਼ਮੀਰ ਤੋਂ ਕਨਿਆ ਕਮਰੀ ਤੱਕ ਫਿਰੋਜ਼ਪੁਰ ਛੱਡਦੇ ਉੱਥੋਂ ਵੀ ਲੜੂੰਗਾ ਇਹ ਹਾਈ ਕਮਾਂਡ ਨੇ ਡਿਸਾਈਡ ਕਰਨਾ ਐ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਹਿਣਾ ਕਿ ਉਸ ਬੰਦੇ ਨੂੰ ਟਿਕਟ ਦੇਣੀ ਚਾਹੀਦੀ ਜਿਹੜਾ ਬੰਦਾ ਜੇਤੂ ਹੋਵੇ ਇਹ ਪਾਰਟੀ ਜਿਹੜੀ ਹੈਗੀ ਸਾਡੀ ਮਾਂ ਹੈਗੀ ਐ ਇੱਕ ਮਾਂ ਸਾਡੇ ਜਨਮ ਦਿੰਦੀ ਐ ਦੂਜੀ ਪਾਰਟੀ ਐ ਜਿਹੜੀ ਉਹ ਸਾਡੀ ਮਾਂ ਹੈਗੀ ਐ ਅੱਜ ਮਾਂ ਦੀ ਰੱਖਿਆ ਕਰਨ ਦਾ ਮੌਕਾ ਆ ਗਿਆ ਹੈ ਜਿਹੜੇ ਲੋਕ ਜਾਣਦੇ ਨੇ ਆਇਆ ਰਾਮ ਗਿਆ ਰਾਮ ਇਹਨਾਂ ਦੀ ਗੱਲਾਂ ਨਾ ਕਰਿਆ ਕਰੋ ਤੁਸੀਂ ਪਰਮਿੰਦਰ ਸਿੰਘ ਪੀਕੀ ਕਹਿੰਦੇ ਨੇ ਜੀ ਅਗਲੇ ਹਫਤੇ ਤੱਕ ਟਿਕਟਾਂ ਵੀ ਜਿਹੜੀਆਂ ਕਾਂਗਰਸ ਦੀਆਂ ਅਨਾਉਂਸ ਹੋ ਜਾਣਗੀਆਂ ਪਰ ਕਿਤੇ ਨ ਕਿਤੇ ਪਾਰਟੀਆਂ ਛੜਛੜ ਭੱਜਣ ਵਾਲੇ ਲੀਡਰਾਂ ਤੇ ਜਿੱਥੇ ਆਮ ਲੋਕ ਤੱਤੇ ਨੇ ਉਥੇ ਪਾਰਟੀਆਂ ਦੇ ਆਗੂ ਵੀ ਜਿਹੜੇ ਨੇ ਖਫਾ ਨਜ਼ਰ ਆ ਰਹੇ ਨੇ ਕਿ ਭਾਈ ਮੌਕਾ ਪ੍ਰਸਤਰਮ ਬਣੋ ਐਸੇ ਬਿਆਨ ਐਸੇ ਸਵਾਲ ਉਹਨਾਂ ਦੀਆਂ ਆਪਣੀਆਂ ਪਾਰਟੀਆਂ ਦੇ ਆਗੂ ਚੁੱਕ ਰਹੇ ਨੇ ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਪਿੰਦਰ ਸਿੰਘ ਭਰਾੜ న్యూਸ 18 ਚੰਡੀਗੜ੍ਹ